ਹਾਂਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਆ ਤੁਹਾਡਾ ਆਪਣੇ ਚੈਨਲ 'ਤੇ ਅਤੇ ਇੱਕ ਨਵੇਂ ਬਲੌਗ ਦੇ ਵਿੱਚ। ਅੱਜ ਦੇ ਬਲੌਗ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਦਮਦਮਾ ਸਾਹਿਬ ਬਸਮਤ ਨਗਰ ਦੇ ਵਿੱਚ ਨੇ। ਆਪਾਂ ਹਜ਼ੂਰ ਸਾਹਿਬ ਆਏ ਹੋਏ ਹਾਂ, ਹਜ਼ੂਰ ਸਾਹਿਬ ਤੋਂ ਆਪਾਂ ਜਿਹੜੇ ਲੋਕਲ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਦਰਸ਼ਨ ਕਰ ਰਹੇ ਹਾਂ। ਅਤੇ ਇਸੇ ਵੀਡੀਓ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਭਗਤ ਨਾਮਦੇਵ ਜੀ ਦੇ, ਜਿਹੜੇ ਗੁਰਦੁਆਰਾ ਸਾਹਿਬ ਨੇ ਨਰਸੀ ਦੇ ਵਿੱਚ ਉਸ ਸਥਾਨ ਦੇ। ਅਤੇ ਜਿਹੜਾ ਭਗਤ ਨਾਮਦੇਵ ਜੀ ਦਾ ਜਨਮ ਸਥਾਨ ਆ, ਭਗਤ ਨਾਮਦੇਵ ਜੀ ਦਾ ਘਰ, ਉਸਦੀ ਵੀਡੀਓ ਆਪਾਂ ਪਹਿਲਾਂ ਆਪਣੇ ਚੈਨਲ 'ਤੇ ਅਪਲੋਡ ਕਰ ਦਿੱਤੀ ਆ, ਅਤੇ ਉਹਦਾ ਲਿੰਕ ਵੀ ਡਿਸਕ੍ਰਿਪਸ਼ਨ 'ਚ ਆ, ਉੱਥੋਂ ਤੁਸੀਂ ਵੀਡੀਓ ਦੇਖ ਸਕਦੇ ਹੋ। ਅਤੇ ਜਿਹੜਾ ਭਗਤ ਨਾਮਦੇਵ ਜੀ ਨੇ ਮੰਦਰ ਘੁਮਾਇਆ ਸੀ ਉਸ ਦੀ ਵੀਡੀਓ ਵੀ ਆਪਾਂ ਅਪਲੋਡ ਕੀਤੀ ਹੋਈ ਆ, ਅਤੇ ਅੱਜ ਦੀ ਵੀਡੀਓ 'ਚ ਬਣੇ ਰਹੋ। ਆਪਾਂ ਹੁਣ ਪਹੁੰਚੇ ਜੀ ਗੁਰਦੁਆਰਾ ਦਮਦਮਾ ਸਾਹਿਬ, ਅਤੇ ਹਜ਼ੂਰ ਸਾਹਿਬ ਤੋਂ ਚੱਲੇ ਸੀਗੇ। ਅਤੇ ਜਦੋਂ ਨਰਸੀ ਨੂੰ ਜਾਂਦੇ ਹਾਂ ਰਾਸਤੇ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਆਉਂਦੇ ਨੇ, ਅਤੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ। ਕੀ ਇਤਿਹਾਸ ਆ ਗੁਰਦੁਆਰਾ ਸਾਹਿਬ ਦਾ ਉਹ ਆਪਾਂ ਦੇਖਦੇ ਹਾਂ ਜਾ ਕੇ। ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਦਮਦਮਾ ਸਾਹਿਬ ਬਸਮਤ ਨਗਰ। ਇਹ ਸਥਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਪੰਜਾਬ ਤੋਂ ਦੱਖਣ ਵੱਲ ਨੂੰ ਚੱਲੇ ਤਾਂ ਗੁਰੂ ਸਾਹਿਬ ਰਾਜਸਥਾਨ ਬਹਾਰਨਪੁਰ ਹੁੰਦੇ ਹੋਏ ਇਸ ਸਥਾਨ 'ਤੇ ਪਹੁੰਚੇ ਸੀਗੇ, ਜਾਣੀ ਕਿ ਬਸਮਤ ਨਗਰ ਵਿੱਚ ਪਹੁੰਚੇ ਸੀਗੇ। ਗੁਰੂ ਸਾਹਿਬ ਨੂੰ ਇਹ ਜਿਹੜਾ ਸਥਾਨ ਸੀਗਾ ਬਹੁਤ ਸੁੰਦਰ ਲੱਗਿਆ, ਕਿਉਂਕਿ ਇੱਥੇ ਆਲੇ ਦੁਆਲੇ ਫੁੱਲਾਂ ਦੇ ਬਗੀਚੇ ਲੱਗੇ ਹੋਏ ਸੀਗੇ, ਇੱਥੇ ਬਾਗ ਸੀਗਾ। ਗੁਰੂ ਸਾਹਿਬ ਨੂੰ ਇਹ ਜਿਹੜਾ ਸਥਾਨ ਸੀ ਬਹੁਤ ਚੰਗਾ ਲੱਗਿਆ, ਤਾਂ ਇਸ ਸਥਾਨ 'ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 8 ਦਿਨ ਵਿਸ਼ਰਾਮ ਕੀਤਾ ਸੀ। ਜਦੋਂ ਇੱਥੋਂ ਦੀਆਂ ਸੰਗਤਾਂ ਨੂੰ ਪਤਾ ਲੱਗਿਆ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ 'ਤੇ ਆਏ ਹੋਏ ਨੇ, ਤਾਂ ਉਹ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਉਂਦੀਆਂ ਅਤੇ ਖੁਸ਼ੀਆਂ ਪ੍ਰਾਪਤ ਕਰਦੀਆਂ। ਅਤੇ ਇਸ ਸਥਾਨ ਤੋਂ ਫਿਰ ਗੁਰੂ ਸਾਹਿਬ ਬਸਮਤ ਨਗਰ ਤੋਂ ਨੰਦੇੜ ਸਾਹਿਬ ਵੱਲ ਨੂੰ ਗਏ ਸੀਗੇ, ਅਤੇ ਪਹਿਲਾਂ ਇਸ ਸਥਾਨ 'ਤੇ ਗੁਰੂ ਸਾਹਿਬ ਨੇ ਆ ਕੇ 8 ਦਿਨ ਵਿਸ਼ਰਾਮ ਕੀਤਾ, ਅਤੇ ਫਿਰ ਇੱਥੋਂ ਗੁਰੂ ਸਾਹਿਬ ਅੱਗੇ ਵੱਲ ਨੂੰ ਚਾਲੇ ਪਾਏ, ਫਿਰ ਉਹ ਹਜ਼ੂਰ ਸਾਹਿਬ ਵਿਖੇ ਪਹੁੰਚੇ ਸੀਗੇ। ਲੰਗਰ ਹਾਲ ਦੇ ਨਾਲੇ ਥੜਾ ਸਾਹਿਬ ਬਣੇ ਹੋਏ ਨੇ, ਥੜਾ ਸਾਹਿਬ ਦੇ ਹੁਣ ਆਪਾਂ ਦਰਸ਼ਨ ਕਰਦੇ ਹਾਂ। ਗੁਰਦੁਆਰਾ ਦਮਦਮਾ ਸਾਹਿਬ ਦੇ ਆਪਾਂ ਦਰਸ਼ਨ ਕਰ ਲਏ, ਅਤੇ ਇੱਥੋਂ ਹੁਣ ਅੱਗੇ ਵਾਲੇ ਪਾਸੇ ਨੂੰ ਚੱਲਾਂਗੇ। ਹਜ਼ੂਰ ਸਾਹਿਬ ਤੋਂ ਆਪਾਂ 40 ਕਿਲੋਮੀਟਰ ਆ ਗਏ, ਅਤੇ 40-40 ਕਿਲੋਮੀਟਰ ਦੇ ਸਟੈਪ ਨੇ, ਜਿਵੇਂ ਹੁਣ ਇੱਥੋਂ ਚੱਲ ਕੇ ਫਿਰ 40 ਕਿਲੋਮੀਟਰ 'ਤੇ ਰੋਕਾਂਗੇ, ਅੱਗੇ ਹੋਰ ਗੁਰਦੁਆਰਾ ਸਾਹਿਬ ਆਉਣਗੇ। ਅਤੇ ਗੁਰਦੁਆਰਾ ਨਾਨਕਸਰ ਸਾਹਿਬ ਕਹਿੰਦੇ ਸੀ, ਹਾਂ ਨਾਨਕਸਰ ਸਾਹਿਬ ਜੀ, ਹਾਂਜੀ ਨਾਨਕਸਰ ਸਾਹਿਬ ਯਾਦਗਾਰ, ਉਹ ਮਤਲਬ ਇਸ ਤਰ੍ਹਾਂ ਨਹੀਂ ਗਾ, ਉਹ
ਲੰਗਰ ਪ੍ਰਸ਼ਾਦੇ ਵਾਸਤੇ ਭੁੱਚੋ ਮੰਡੀ ਵਾਲੇ ਬਾਬਿਆਂ ਨੇ ਬਣਾਇਆ, ਠੀਕ ਹੈ, ਬਾਬਾ ਸੁਖਦੇਵ ਸਿੰਘ ਜੀ ਨੇ ਬਣਾਇਆ ਭੁੱਚੋ ਮੰਡੀ ਵਾਲਿਆਂ ਨੇ, ਠੀਕ ਹੈ ਜੀ, ਉਹ ਲੰਗਰ ਪਾਣੀ ਵਾਸਤੇ, ਲੰਗਰ ਪਾਣੀ ਮੰਦਰ ਤੋਂ 2 ਕਿਲੋਮੀਟਰ ਪਹਿਲਾਂ ਜਿਹੜਾ ਮੰਦਰ ਘੁੰਮਿਆ ਸੀ ਨਾ, ਹਾਂਜੀ ਹਾਂਜੀ, ਉਸ ਤੋਂ 2 ਕਿਲੋਮੀਟਰ ਪਹਿਲਾਂ, ਠੀਕ ਹੈ, ਉਹ ਗੁਰਦੁਆਰਾ ਆਏਗਾ ਜਿੱਥੇ ਲੰਗਰ ਪ੍ਰਸ਼ਾਦਾ ਛਕਣਾ ਜੀ, ਠੀਕ ਹੈ ਜੀ, ਖਾਲਸਾ ਤੇ ਉਹ ਗੁਰਦੁਆਰਾ ਸਾਹਿਬ ਆਉਣਗੇ, ਉਹ ਇਤਿਹਾਸਿਕ ਸਥਾਨ ਨਹੀਂ ਹੈਗਾ ਵੈਸੇ, ਮਤਲਬ ਲੰਗਰ ਵਾਸਤੇ ਨੇ, ਰਸਤੇ 'ਚ ਰੁਕਣ ਵਾਸਤੇ ਉਹ ਗੁਰਦੁਆਰਾ ਸਾਹਿਬ ਬਣੇ ਹੋਏ ਨੇ, ਅਤੇ ਚੱਲਦੇ ਹਾਂ ਹੁਣ ਇੱਥੋਂ ਗੁਰਦੁਆਰਾ ਦਮਦਮਾ ਸਾਹਿਬ ਤੋਂ ਅੱਗੇ ਵਾਲੇ ਪਾਸੇ ਨੂੰ। ਰਸਤੇ ਦੇ ਵਿੱਚ ਹੁਣ ਰੁਕੇ ਹਾਂ, ਇੱਥੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਨਾਨਕ ਸਰ ਵਾਲਿਆਂ ਦੇ, ਅਤੇ ਇੱਥੇ ਰੁਕਦੀਆਂ ਨੇ ਸਾਰੀਆਂ ਗੱਡੀਆਂ ਲੰਗਰ ਛਕਣ ਵਾਸਤੇ। ਇਹ ਗੁਰਦੁਆਰਾ ਸਾਹਿਬ ਇਤਿਹਾਸਿਕ ਨਹੀਂ ਹੈਗੇ ਵੈਸੇ, ਮਤਲਬ ਰਸਤੇ 'ਚ ਰੁਕਣ ਦੇ ਲਈ ਇਹ ਬਣਾਏ ਗਏ ਨੇ, ਸਾਰੀਆਂ ਗੱਡੀਆਂ ਇੱਥੇ ਰੁਕਦੀਆਂ ਨੇ, ਫਿਰ ਇੱਥੋਂ ਲੰਗਰ ਛਕ ਕੇ ਸਾਰੀਆਂ ਸੰਗਤਾਂ ਫਿਰ ਜਾਂਦੀਆਂ ਨੇ ਅੱਗੇ ਨਰਸੀ ਵੱਲ ਨੂੰ। ਪ੍ਰਸ਼ਾਦਾ ਆਪਾਂ ਛਕ ਲਿਆ ਇੱਥੋਂ, ਲੰਗਰ ਛਕ ਲਿਆ, ਅਤੇ ਇੱਥੋਂ ਹੁਣ ਅੱਗੇ ਨੂੰ ਚੱਲਣ ਲੱਗੇ ਹਾਂ ਅਤੇ ਬੈਠਣ ਲੱਗੇ ਹਾਂ ਆਪਾਂ ਗੱਡੀ 'ਚ, ਬਾਕੀ ਸਾਰੀਆਂ ਸੰਗਤਾਂ ਬੈਠ ਗਈਆਂ, ਸਾਰੀਆਂ ਸੰਗਤਾਂ ਨੇ ਆ ਗਏ ਜੀ ਸਾਰੇ। ਆਪਾਂ ਚੱਲ ਪਏ ਜੀ ਇੱਥੋਂ ਗੁਰਦੁਆਰਾ ਨਾਨਕ ਸਰ ਸਾਹਿਬ ਤੋਂ, ਆਪਾਂ ਪਹੁੰਚੇ ਹਾਂ ਜੀ ਭਗਤ ਨਾਮਦੇਵ ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ। ਇੱਧਰ ਭਗਤ ਨਾਮਦੇਵ ਜੀ ਦੇ ਇਹ ਗੁਰਦੁਆਰਾ ਸਾਹਿਬ ਨੇ, ਇੱਧਰ ਦਰਬਾਰ ਸਾਹਿਬ ਬਣੇ ਹੋਏ ਨੇ, ਅੰਦਰ ਚੱਲਾਂਗੇ ਦਰਸ਼ਨ ਕਰਾਂਗੇ, ਅਤੇ ਪਹਿਲਾਂ ਆਪਾਂ ਭਗਤ ਨਾਮਦੇਵ ਜੀ ਦੇ ਘਰ ਦੇ ਦਰਸ਼ਨ ਕਰਕੇ ਆਏ ਹਾਂ। ਇਹ ਗੁਰਦੁਆਰਾ ਸਾਹਿਬ ਭਗਤ ਨਾਮਦੇਵ ਜੀ ਦੀ ਯਾਦ ਦੇ ਵਿੱਚ ਬਣਾਏ ਹੋਏ ਨੇ। ਇਹ ਗੁਰਦੁਆਰਾ ਸਾਹਿਬ ਭਗਤ ਨਾਮਦੇਵ ਜੀ ਦਾ ਜਿਹੜਾ ਘਰ ਹੈ, ਜਿਹੜਾ ਜਨਮ ਸਥਾਨ ਆ, ਉਸ ਤੋਂ ਥੋੜ੍ਹੀ ਦੂਰੀ 'ਤੇ ਹੀ ਬਣੇ ਹੋਏ ਨੇ। ਵੱਡਾ ਰੋਡ ਚੱਲਦਾ ਗੁਰਦੁਆਰਾ ਸਾਹਿਬ ਦੇ ਸਾਹਮਣੇ, ਵੱਡੇ ਰੋਡ ਦੇ ਉੱਪਰ ਇਹ ਗੁਰਦੁਆਰਾ ਸਾਹਿਬ ਨੇ। ਭਗਤ ਨਾਮਦੇਵ ਜੀ ਦੇ ਘਰ ਦੀ ਵੀਡੀਓ ਅਤੇ ਜਿਹੜਾ ਮੰਦਰ ਭਗਤ ਨਾਮਦੇਵ ਜੀ ਨੇ ਘੁਮਾਇਆ ਸੀ ਉਹ ਵੀਡੀਓ ਆਪਾਂ ਨੇ ਚੈਨਲ 'ਤੇ ਅਪਲੋਡ ਕੀਤੀ ਹੋਈ ਹੈ, ਉਹਦਾ ਲਿੰਕ ਆਪਾਂ ਡਿਸਕ੍ਰਿਪਸ਼ਨ 'ਚ ਵੀ ਦੇ ਦਾਂਗੇ। ਇਸ ਤੋਂ ਪਹਿਲਾਂ ਵਾਲੇ ਪਾਰਟ 'ਚ ਆਪਾਂ ਅਪਲੋਡ ਕਰਤੀ ਸੀਗੀ, ਅਤੇ ਹੁਣ ਇਸ ਸਥਾਨ 'ਤੇ ਆਪਾਂ ਦਰਸ਼ਨ ਕਰਦੇ ਹਾਂ ਅੰਦਰ ਚੱਲਦੇ ਹਾਂ ਦਰਬਾਰ ਸਾਹਿਬ ਦੇ। ਇਹ ਨਵੇਂ ਦਰਬਾਰ ਸਾਹਿਬ ਨੇ ਅਤੇ ਹਲੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪੁਰਾਣੇ ਦਰਬਾਰ ਸਾਹਿਬ ਦੇ ਵਿੱਚ ਆ, ਕਿਉਂਕਿ ਇਸ ਸਥਾਨ ਦੀ ਜਿਹੜੀ ਹੈ ਉਹ ਸੇਵਾ ਚੱਲ ਰਹੀ ਹੈ, ਦਰਬਾਰ ਸਾਹਿਬ ਨਵੇਂ ਬਣਾਏ ਜਾ ਰਹੇ ਨੇ। ਅਤੇ ਭਗਤ ਨਾਮਦੇਵ ਜੀ ਦੇ 61 ਸ਼ਬਦ 16 ਰਾਗਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ। ਹੁਣ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਹਾਂ, ਮੱਥਾ ਟੇਕਦੇ ਹਾਂ, ਦਰਬਾਰ ਸਾਹਿਬ ਦੇ ਅੰਦਰ ਚੱਲਦੇ ਹਾਂ। ਦਰਬਾਰ ਸਾਹਿਬ ਗੁਰਦੁਆਰਾ ਜਨਮ ਸਥਾਨ ਭਗਤ ਬਾਬਾ ਨਾਮਦੇਵ ਜੀ, ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਹਾਂ। ਹੱਥਾਂ ਨੂੰ ਲਾ ਦਿਓ ਹੱਥ ਕੜੀਆਂ
ਆ ਗੁਰਦੁਆਰਾ ਸਾਹਿਬ ਦੇ ਵਿੱਚ ਬੋਰਡ ਲੱਗਿਆ ਹੋਇਆ, ਇੱਥੇ ਭਗਤ ਨਾਮਦੇਵ ਜੀ ਦੀ ਜੀਵਨੀ ਦਾ ਸਾਰਾ ਇਤਿਹਾਸ ਉਹ ਲਿਖ ਕੇ ਦੱਸਿਆ ਗਿਆ। ਇਹ ਗੁਰਦੁਆਰਾ ਸਾਹਿਬ ਨਰਸੀ ਪਿੰਡ ਦੇ ਵਿੱਚ ਨੇ। ਨਰਸੀ ਵੈਸੇ ਤਾਂ ਹੁਣ ਕਾਫੀ ਵੱਡਾ ਸ਼ਹਿਰ ਬਣ ਗਿਆ, ਮਤਲਬ ਸ਼ਹਿਰ ਦੀ ਤਰ੍ਹਾਂ, ਅਤੇ ਵੈਸੇ ਇਹ ਪਿੰਡ ਹੈ, ਹੰਗੋਲੀ ਜ਼ਿਲ੍ਹਾ ਲੱਗਦਾ ਹੈ। ਅਤੇ ਜਿਹੜਾ ਜਨਮ ਸਥਾਨ ਹੈ ਭਗਤ ਨਾਮਦੇਵ ਜੀ ਦਾ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਸ ਸਥਾਨ ਤੋਂ ਥੋੜ੍ਹੀ ਦੂਰੀ 'ਤੇ ਹੀ ਹੈ, ਅਤੇ 5-10 ਮਿੰਟ ਦਾ ਰਸਤਾ ਨਰਸੀ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਨੇ। ਅਤੇ ਨਰਸੀ ਦੇ ਵਿੱਚ ਹੀ ਭਗਤ ਨਾਮਦੇਵ ਜੀ ਦਾ ਜਨਮ ਸਥਾਨ ਆ, ਭਗਤ ਨਾਮਦੇਵ ਜੀ ਦਾ ਉਹ ਘਰ ਆ, ਉਹਦੀ ਵੀਡੀਓ ਆਪਾਂ ਪਹਿਲਾਂ ਅਪਲੋਡ ਕੀਤੀ ਹੋਈ ਆ, ਤੁਸੀਂ ਚੈਨਲ 'ਤੇ ਆਪਣੇ 'ਤੇ ਦੇਖ ਸਕਦੇ ਹੋ। ਇਸ ਵੀਡੀਓ ਦਾ ਆਪਾਂ ਐਂਡ ਕਰਦੇ ਹਾਂ, ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਅਗਲੇ ਵਲੌਗ ਵਿੱਚ। ਉਰੇ ਤੱਕ ਆਪਣਾ ਵਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।